ਕੀ ਗੱਲ ਆ ਮੱਥੇ ਚ ਤਿਉੜੀਆਂ ਜਾਂ ਪਾਈ ਬੈਠੀ ਆ ਉਹ ਰੋਟੀ ਪਾਣੀ ਤਿਆਰ ਕਰ ਲਾ ਉਹਨਾਂ ਨੇ ਆਉਣਾ ਮੈਂ ਤਾਂ ਘਰ ਦੀ ਤਿਆਰ ਕਰੀ ਬੈਠੀ ਆ ਕਹਿੰਦੇ ਸੀ 10 ਵਜੇ ਆ ਜਾਣਾ 11:30 ਹੋ ਗਏ ਹਾਲੇ ਤੱਕ ਨਹੀਂ ਆਏ ਸੁੱਕਣੇ ਪਾਇਆ ਪਿਆ ਸਵੇਰ ਦਾ ਇਹਨਾਂ ਨੇ ਉਹ ਚੱਲ ਆ ਜਾਣਗੇ ਸਭ ਕੰਮ ਹੁੰਦਾ ਨਾਲੇ ਟ੍ਰੈਫਿਕ ਕਿੰਨੀ ਹੋਈ ਪਈ ਆ ਹੁਣ ਅੱਜ ਕੱਲ ਕਿੰਨੀਆਂ ਸਾਰੀਆਂ ਗੱਲਾਂ ਕਰਦੀਆਂ ਨੇ ਰਾਧਿਕਾ ਨਾਲ ਸਵੇਰ ਦਾ ਬਸ ਐਵੇਂ ਹੀ ਗੱਲਾਂ ਕਿ ਚੁਗਲੀਆਂ ਜੋ ਮਰਜ਼ੀ ਸਮਝ ਲਓ ਕਿੰਨੀ ਦੇਰ ਬਾਅਦ ਅਸੀਂ ਦਰਾਣੀ ਜਟਾਣੀ ਨੇ ਇਕੱਠੇ ਹੋਣ ਗੇਟ ਤਾਂ ਇਹਨਾਂ ਨੇ ਖੁੱਲ੍ਹਾ ਹੀ ਛੱਡਿਆ ਨਾ ਕਹਿੰਦਾ ਭਾਈ ਨੂੰ ਪਤਾ ਹੀ ਸੀਗਾ ਕਿ ਮੈਂ ਆਇਆ ਚੱਲ ਹੱਲੇ ਸ਼ੈਤਾਨ ਨੂੰ ਯਾਦ ਕਰੋ ਤੇ ਉਹ ਸ਼ੈਤਾਨ ਦੀ ਟੂਟੀ ਤੇ ਸ਼ਤਾਬ ਦੋਨੇ ਇਕੱਠੇ ਆ ਗਏ ਸਤਿ ਗੱਲ ਵੀ ਹੋਰ ਕੀ ਹਾਲ ਹੈ ਸਤਿ ਗੱਲ ਵੀ ਆ ਯਾਦ ਕਰ ਲੇਟ ਬੜਾ ਹੋ ਗਿਆ ਵੀ ਤੁਸੀਂ ਟ੍ਰੈਫਿਕ ਹੀ ਬਹੁਤ ਸੀਗਾ ਜੀ ਇੱਕ ਆ ਰਸਤੇ ਵਾਲੇ ਕੁਝ ਭੁੱਲ ਜਾਂਦੀ ਕਦੇ ਕੁਝ ਦੋ ਵਾਰੀ ਘਰ ਮੜਵਾਇਆ ਵਾਪਸ ਜੀ ਦੇਖ ਵੀ ਇੱਕ ਗੱਲ ਆ ਜੋ ਮਰਜ਼ੀ ਹੈ ਆਪਾਂ ਭਰਾ ਭਰਾ ਹਿੱਸੇ ਵਜੋਂ ਅੱਡ ਤਾਂ ਜ਼ਰੂਰ ਹੋ ਗਏ ਪਰ ਇੱਥੋਂ ਆਪਾਂ ਅੱਡ ਨਹੀਂ ਹੋਏ ਇੱਥੋਂ ਹੋਣਾ ਵੀ ਨਹੀਂ ਕਦੇ ਹਾਂ ਹੋਰ ਕਿੱਦਾਂ ਕਰੇ ਠੀਕ ਠਾਕ ਸਾਰਾ ਕੁਝ ਸੈਟਿੰਗ ਹੋ ਗਈ ਕਰਦੀ ਹਾਂਜੀ ਹਾਂਜੀ ਉਹ ਦਿਲ ਲੱਗ ਗਿਆ ਕਿ ਨਹੀਂ ਲੱਗੇ ਕਿੱਥੇ ਵੀਰੇ ਦਿਲ ਆਪਣਾ ਹਰਿਆ ਭਰਿਆ ਘਰ ਛੱਡ ਕੇ ਕਿਤੇ ਕੱਲਿਆਂ ਦਾ ਦਿਲ ਲੱਗਦਾ ਹੈ ਬਾਕੀ ਹੌਲੀ ਹੌਲੀ ਲੱਗਿਆ ਹੋਊਗਾ ਜਾਂ ਟਾਈਮ ਪਾਸ ਕਰੀ ਜਾਂਦੇ ਮੇਰਾ ਵੈਸੇ ਸੱਚੀ ਦੱਸਾਂ ਮੇਰਾ ਦਿਲ ਦੋ ਨਹੀਂ ਲੱਗਿਆ ਇਹਦਾ ਲੱਗ ਗਿਆ ਹੋਣਾ ਵੀਰੇ ਦਿਲ ਕਿਉਂਕਿ ਇਹ ਲਾਪਰਵਾਹ ਤੁਹਾਨੂੰ ਪਤਾ ਸ਼ੁਰੂ ਤੋਂ ਹੀ ਬਹੁਤ ਹੈ ਆਂਢ ਗੁਆਂਢ ਚੱਲ ਜਾਂਦੀ ਮੁੰਡਾ ਇਕੱਲਾ ਅੰਦਰ ਵਿਲਕਦਾ ਰਹਿੰਦਾ ਆਂਢ ਗੁਆਂਢ ਜਾ ਕੇ ਗੱਲਾਂ ਮਾਰਨ ਬੈਠੀ ਹੁੰਦੀ ਹੈ ਵਧੀਆ ਸਹੇਲੀਆਂ ਬੜੀਆਂ ਹੋਈਆਂ ਇਹਦੀਆਂ ਉੱਥੇ ਲੈ ਮੇਰਾ ਕਿੱਥੋਂ ਦਿਲ ਲੱਗਿਆ ਮੈਂ ਤਾਂ ਸਗੋਂ ਦੀਦੀ ਨੂੰ ਮਿਲਣ ਵਾਸਤੇ ਤਰਸੀ ਪਈ ਸੀਗੀ ਪਤਾ ਮੈਨੂੰ ਜਿਹੜਾ ਤਰਸੀ ਪਈ ਹੈ ਜ਼ਿਆਦਾ ਨਾ ਬੋਲ ਟਿਕ ਕੇ ਬੈਠੀ ਦਾ ਜਵਾਨ ਜ਼ਿਆਦਾ ਨਾ ਚੜਾ ਆਪਦੀ ਹਿਸਾਬ ਨਾਲ ਬੋਲ ਥੋੜਾ ਦੀਦੀ ਆ ਦੇਖ ਲਓ ਮੈਨੂੰ ਤਾਂ ਮਿੰਟ 'ਚ ਚੁੱਪ ਕਰਾ ਦਿੰਦੇ ਆ ਕੀ ਗੱਲ ਓਏ ਤੂੰ ਕਿਉਂ ਕੁੜੀ ਦੇ ਮਗਰ ਪਿਆ ਰਹਿਣਾ ਹੈ ਮਗਰ ਪੈਣ ਵਾਲੀ ਕੀ ਗੱਲ ਹੈ ਭਾਬੀ ਇਹ ਸਾਰੀ ਜ਼ਿੰਦਗੀ ਲਾਪਰਵਾਹੀ ਬਣਾਈ ਰੱਖਣੀ ਇਹਨੂੰ ਅਕਲ ਉਕਲ ਦੇਣੀ ਹੈ ਕਿ ਨਹੀਂ ਦੇਣੀ ਘਰ ਕਿੱਦਾਂ ਸਾਂਭਣਾ ਕਿੱਦਾਂ ਨਹੀਂ ਸਾਂਭਣਾ ਨਾ ਇਹਨੂੰ ਮੇਰੀ ਫਿਕਰ ਹੈ ਨਾ ਇਹਨੂੰ ਬੱਚੇ ਦੀ ਫਿਕਰ ਹੈ ਆਪਦੀ ਮੌਜ ਮਸਤੀਆਂ ਤੁਰੀ ਫਿਰਦੀ ਹੈ ਜਾਂਦੀ ਇੱਥੋਂ ਗਈ ਹੈ ਮੌਜ ਮਸਤੀਆਂ ਤੇ ਇਹਨੇ ਕਦੀ ਇੱਥੇ ਨਹੀਂ ਕੀਤੀਆਂ ਤੇ ਉੱਥੇ ਜਾ ਕੇ ਕੀ ਕਰੂਗੀ ਤੂੰ ਹੀ ਮੈਨੂੰ ਬਹੁਤਾ ਬੋਲਦਾ ਲੱਗਦਾ ਰਹਿਣ ਦੇ ਕਿਉਂ ਆ ਮੈਂ ਮੇਰੇ ਭਰਾ ਦੇ ਮਗਰ ਪੈ ਗਈ ਦੱਸ ਤੂੰ ਗੱਲਾਂ ਚੋਂ ਕਰ ਲੈ ਤਾਂ ਅਗਲਾ ਮੀਆਂ ਬੀਬੀ ਸਵੈਗੀ ਇੱਕ ਦੂਜੇ ਨਾਲ ਇਦਾਂ ਦੀਆਂ ਗੱਲਾਂ ਕਰ ਹੀ ਲੈਂਦਾ ਹੁਣ ਤੂੰ ਨਾ ਚੁੱਪ ਕਰਕੇ ਚਾਹ ਪਾਣੀ ਦਾ ਬੰਦੋਬਸਤ ਕਰ ਇਹ ਸੀਰੀਅਸਲੀ ਲੈ ਗਈ ਇਹਨਾਂ ਦੀ ਲੜਾਈ ਨੂੰ ਦੱਸ ਚਲੋ ਦੀਦੀ ਮੈਂ ਵੀ ਚਲਦੀ ਤੁਹਾਡੇ ਨਾਲ ਆ ਜਾ राधिका नोनू भी बार बार तेरी बेइज्जती करी जांदा की गल तेनू कुछ कहंदा तां नहीं है नहीं बाबी कुछ नहीं होया चलो असीं पानी पी के आ गए राधिका तू बुझारता जी आप मैनू दसदा सही शायद मैं तेरी प्रॉब्लम दा हल ही कर दवां ਅਭੀ ਕੀ ਦੱਸਾਂ ਇੱਥੇ ਰਹਿੰਦੀ ਸੀ ਤਾਂ ਬਹੁਤ ਬਚਾਵ ਸੀਗਾ ਮੇਰਾ ਜਦੋਂ ਦੀ ਇੱਥੋਂ ਗਈ ਆ ਬਹੁਤ ਹੀ ਔਖਾ ਹੋਇਆ ਪਿਆ ਗੱਲ ਗੱਲ ਤੇ ਮੇਰੀ ਬੇਇੱਜ਼ਤੀ ਕਰਦੇ ਆ ਕੋਈ ਦੇਖਦੇ ਹੀ ਨਹੀਂ ਖੜਾ ਹੈ ਕਿ ਨਹੀਂ ਗੱਲ ਗੱਲ ਤੇ ਮੇਰੇ ਤੇ ਹੱਥ ਚੱਕਦੇ ਆ ਇਹਨਾਂ ਜਵਾਨ ਦਿਨਾਂ ਦੇ ਜ਼ਿਆਦਾ ਚੱਲਦੀ ਪਈ ਹੈ ਆਪਦੇ ਜਵਾਨ ਕਦੀ ਕਦੀ ਤਾਂ ਐਵੇਂ ਵੀ ਹੋਇਆ ਕਿ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਇਹਨਾਂ ਨੇ ਡਰ ਸੀਗਾ ਉੱਥੇ ਕੋਈ ਹੈ ਨਹੀਂ ਔਰ ਕਿਸੇ ਦਾ ਡਰ ਵੀ ਨਹੀਂ ਹੈਗਾ ਇਹਨਾਂ ਨੂੰ
तेन पता मैं इन्हों छ जा भी नहीं सकती मम्मी डैडी भी मेरे इतने नहीं रेंदे शायद इस चीज का ही फायदा चक रहे ने उत्थे कल्ले रह के तू ये किदा कहता भी तेरी फैमिली नहीं हैगी असी असी तेरी फैमिली ही है चल तू आ आज तेरी इस प्रॉब्लम का हल कर दी आ जा भाभी रहने दो फिर इन्होंने कहना आंदे भाभी ने चुगली लाती फिर मेनू घरे जाके कुटूगे फिर तू चिंता ना कर ये आपकी भाभी नु जानदा नहीं अज इन मैं बंदा बना के भेजू चला तू एदी की मजाक पानी नू इन्ना टाइम लाता थ्री व्हीलर ते लेके आई है तू नाल पता नहीं तानू कौन गया पक्का चुगलियां करके आई होनी है भाभी नू आई है ते टाइम लग गया ते तू ऐसा जी हरकता कर ही ना कि जेड़ा उनू चुगलियां करन दी लोड़ पवे हरकता हां मैं केड़ी हरकता करती हूं भाभी तैनू पता नहीं भी तू की करता ओए मेरी टेंशन ले ली जननियां दा तां काम ही हुंदा बंद कट बोलना जो तक जवान ना इन्हें चले ढिड की पड़ास ना कढ़न तो ढिड च गोले जे बनने शुरू हो जाते हैं जनानियां नु ना बुरा भला कहो आ तुसी जेंट्स केड़ा घट हो जे तुसी आ मौका दिंदे हो जनानियां नु गल्ला करन दा तां ही करदियां छड्डो यार भाई फिर आओ चल ओए तेरी हिम्मत किवें हुई मेरे भरा दे थप्पड़ मारन दी ओ मैं जे इक गिलास डिगण करके हिम्मत थप्पड़ जा बेल्ट मारन लगे सोचा आया कुछ याद राधिका पानी पी एक गिलास हां जी जी आई जी तेनू थप्पड़ मार के समझाउण दा मैं पूरा हक रखदी आ दिल तां करदा तेरे इक होर थप्पड़ मारां ओ बस कर जेनू अकल आउणी होई ना तां तेरे इक थप्पड़ नाल ही इहनू अकल आ गई होणी आ हांजी भाजी अकल तो मेनू आ गई तुम ठीक कहने भाभी ताडे एक थप्पड़ ने मेनू अपनी गलती का एहसास करवाता कि थप्पड़ मारना किन्ना सौखा ते खाना किन्ना औखा सॉरी राधिका मेनू मेरी गलती का एहसास हो गया यार खुश रहो खुश